ਜੋ ਬੱਚੇ ਨੇ ਔਰ ਕਮਾਉਣ ਵਾਲੀ ਇਕੱਲੀ ਰਹਿ ਜਾਏਗੀ ਹੁਣ, ਜੇ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਂਦੀ ਹੈ ਉਹ ਤਿੰਨੋ ਬੱਚੇ ਪਲ ਸਕਦੇ ਨੇ। 18 ਲੱਖ ਰੁਪਏ ਜਿਹੜੀ ਬਣਦੀ ਰਾਸ਼ੀ ਹੈ ਉਹਨਾਂ ਦੀ ਉਹ ਦਿੱਤੀ ਜਾਏਗੀ, ਅਤੇ ਇੱਕ ਨੌਕਰੀ ਦਾ ਭਰੋਸਾ ਦਿੱਤਾ ਸਾਨੂੰ ਕਿ ਪੱਕੀ ਨੌਕਰੀ ਜਿਹੜੀ ਹੈ ਉਹਨਾਂ ਦੀ ਵਾਈਫ ਨੂੰ ਦਿੱਤੀ ਜਾਏਗੀ। 10 ਲੱਖ ਰੁਪਏ ਜਦੋਂ ਹਨੇਰੀ ਚੱਲੀ ਤਾਂ ਉਹ ਕਵਰੇਜ ਕਰ ਰਿਹਾ ਸੀ, ਉਸ ਦੌਰਾਨ ਇੱਕ ਗਲਿਆ ਹੋਇਆ ਜਿਹੜਾ ਕਾਰਪੋਰੇਸ਼ਨ ਦਾ ਇੱਕ ਪਿੱਲਰ ਸੀ ਖੜਾ ਸੀ ਉਹ ਗਿਰ ਗਿਆ ਉਹਦੇ ਉੱਤੇ ਸਿਰ ਦੇ ਉੱਤੇ ਅਤੇ ਉਸਦੀ ਮੌਤ ਹੋ ਗਈ। ਦੂਜੀ ਗੱਲ ਉਹਨਾਂ ਦੀ ਪਤਨੀ ਨੂੰ ਜਿਸ ਲਈ ਕਿਸੇ ਪੁੱਤਾਂ ਤਰੀਕੇ ਦੇ ਨਾਲ ਗਵਰਨਮੈਂਟ ਸਰਵਿਸ ਦੇ ਵਿੱਚ ਅਬਜ਼ਰਵ ਕੀਤਾ ਜਾ ਸਕਦਾ ਹੋਵੇ, ਨੌਕਰੀ ਦਿੱਤੀ ਜਾ ਸਕਦੀ ਹੋਵੇ, ਉਹਦੇ ਬਾਰੇ ਵੀ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਪਰਟੀਕੁਲਰ ਲੈਣ। ਮੇਰਾ ਨਾਮ ਸਰਬਜੀਤ ਕੰਬੋਜ ਹੈ ਜੀ। ਸਰਬਜੀਤ ਜੀ, ਚਲੋ ਅਵਿਨਾਸ਼ ਜੀ ਗਏ, ਉਹਨਾਂ ਦਾ ਦੁੱਖ ਤਾਂ ਬਹੁਤ ਹੈ, ਪਰ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਾਇਤਾ ਮਿਲੀ ਹੈ ਉਸਦਾ ਤੁਸੀਂ ਕਹਿ ਲਓ ਵੀ ਸੰਤੁਸ਼ਟ ਹੋ? ਹਾਂਜੀ, ਦੇਖੋ 3 ਤਾਂ ਉਹਨਾਂ ਦੇ ਕੋਲ ਬੱਚੇ ਹੈ ਜੀ, ਕਮਾਉਣ ਵਾਲਾ ਇਕੱਲਾ ਹੀ ਸੀਗਾ, ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਕੁਛ ਵੀ ਨਹੀਂ ਹੈਗਾ। ਦੇਖੋ ਸਾਰਾ ਘਰ ਉੱਜੜ ਚੁੱਕਿਆ, ਇੱਕੋ ਹੀ ਬੰਦਾ ਕਮਾਉਣ ਵਾਲਾ ਸੀ, ਠੀਕ ਹੈ ਜੀ, ਉਹੀ ਚਲਾ ਗਿਆ, 3 ਬੱਚੇ ਨੇ ਔਰ ਕਮਾਉਣ ਵਾਲੀ ਇਕੱਲੀ ਰਹਿ ਜਾਏਗੀ ਹੁਣ, ਜੇ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਂਦੀ ਹੈ ਉਹ 3 ਬੱਚੇ ਪਲ ਸਕਦੇ ਨੇ, ਸਰਕਾਰ ਨੇ ਭਰੋਸਾ ਦਿੱਤਾ। ਪਰਿਵਾਰ ਦੇ ਵਿੱਚ ਪਰਿਵਾਰ 'ਚ ਉਹਨਾਂ ਕੋਲ 3 ਬੱਚੇ ਹੈ ਜੀ, ਇੱਕ ਉਹਨਾਂ ਦੀ ਧਰਮ ਪਤਨੀ ਹੈ, ਮੈਂ ਦੇਖੋ ਅਲੱਗ ਰਹਿੰਦਾ ਉਹਨਾਂ ਤੋਂ ਜੀ, ਠੀਕ ਹੈ ਜੀ, ਮੇਰੇ ਬੱਚੇ ਅਲੱਗ ਨੇ, ਉਹ ਇਕੱਲੇ ਨੇ। ਸੰਤੁਸ਼ਟ ਹੋ ਜਿਹੜਾ ਸਰਕਾਰ? ਹਾਂਜੀ, ਸਰਕਾਰ ਨੇ ਭਰੋਸਾ ਦਿੱਤਾ, ਦੇਖੋ ਹੁਣ ਉਹਨਾਂ ਨੇ ਕਿਹਾ 18 ਲੱਖ ਰੁਪਏ ਜਿਹੜੀ ਬਣਦੀ ਰਾਸ਼ੀ ਹੈ ਉਹਨਾਂ ਦੀ ਉਹ ਦਿੱਤੀ ਜਾਏਗੀ, ਅਤੇ ਇੱਕ ਨੌਕਰੀ ਦਾ ਭਰੋਸਾ ਦਿੱਤਾ ਸਾਨੂੰ ਕਿ ਪੱਕੀ ਨੌਕਰੀ ਜਿਹੜੀ ਹੈ ਉਹਨਾਂ ਦੀ ਵਾਈਫ ਨੂੰ ਦਿੱਤੀ ਜਾਏਗੀ। ਸਰਕਾਰ ਨੂੰ ਇਹ ਧੰਨਵਾਦ ਕਰਦੇ ਹਾਂ ਅਸੀਂ, ਜਿਹੜਾ ਇਹਨਾਂ ਨੇ ਭਰੋਸਾ ਦਿੱਤਾ ਉਹ ਪੂਰਾ ਕੀਤਾ ਜਾਵੇ। ਦੋਸਤੋ, ਪਟਿਆਲਾ ਸ਼ਹਿਰ ਦੇ ਵਿੱਚ ਕੱਲ੍ਹ ਇੱਕ ਬੜੀ ਹੀ ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਸੀ, ਜਿਸ ਦੇ ਵਿੱਚ ਕਿ ਸਾਡਾ ਭਰਾ ਅਵਿਨਾਸ਼ ਕੰਬੋਜ, ਜੋ ਕਿ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੀ, ਉਸ ਦੀ ਜਦੋਂ ਹਨੇਰੀ ਚੱਲੀ ਤਾਂ ਉਹ ਕਵਰੇਜ ਕਰ ਰਿਹਾ ਸੀ, ਉਸ ਦੌਰਾਨ ਇੱਕ ਗਲਿਆ ਹੋਇਆ ਜਿਹੜਾ ਕਾਰਪੋਰੇਸ਼ਨ ਦਾ ਇੱਕ ਪਿੱਲਰ ਸੀ ਖੜਾ ਸੀ ਜਿਹਨੂੰ ਫਲੱਡ ਲਾਈਟ ਸੀਗੀ ਉਹ ਗਿਰ ਗਿਆ ਉਹਦੇ ਉੱਤੇ ਸਿਰ ਦੇ ਉੱਤੇ ਅਤੇ ਉਸਦੀ ਮੌਤ ਹੋ ਗਈ। ਸੋ ਇਹ ਅਚਾਨਕ ਐਡਾ ਵੱਡਾ ਦੁਖਾਂਤ ਪਟਿਆਲਾ ਦੇ ਵਿੱਚ ਹੋਇਆ ਕਿ ਸਾਰੇ ਪਾਸੇ ਦੁੱਖ ਦਾ ਮਾਹੌਲ ਬਣ ਗਿਆ। ਅਵਿਨਾਸ਼ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਉਹਨਾਂ ਦੀ ਧਰਮ ਪਤਨੀ ਅਤੇ 3 ਛੋਟੇ ਛੋਟੇ ਬੱਚੇ ਜਿਹੜੇ ਹੈ ਉਹ ਰਹਿ ਗਏ। ਸੋ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ, ਸਾਰਾ ਮੀਡੀਆ ਜਿੰਨਾ ਵੀ ਹੈਗਾ, ਚਾਹੇ ਉਹ ਪ੍ਰਿੰਟ ਮੀਡੀਆ, ਚਾਹੇ ਇਲੈਕਟ੍ਰੋਨਿਕ ਮੀਡੀਆ, ਚਾਹੇ ਉਹ ਸੋਸ਼ਲ ਮੀਡੀਆ, ਇਹ ਸਾਰਿਆਂ ਨੇ ਇੱਕਜੁੱਟਤਾ, ਏਕਤਾ ਦਿਖਾਉਂਦੇ ਹੋਏ ਪੂਰੇ ਪੰਜਾਬ ਭਰ ਦੇ ਵਿੱਚ, ਪੰਜਾਬ ਦੇ ਵਿੱਚ ਮੈਮੋਰੈਂਡਮ ਦਿੱਤੇ ਗਏ, ਵੱਖ ਵੱਖ ਸ਼ਹਿਰਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਮੈਮੋਰੈਂਡਮ ਦਿੱਤੇ ਗਏ। ਇੱਥੇ ਤਮਾਮ ਤੁਸੀਂ ਦੇਖ ਸਕਦੇ ਹੋ, ਕੱਲ੍ਹ ਰਾਤ ਤੋਂ ਹੀ ਜਦੋਂ ਤੋਂ ਇਹ ਮੰਦਭਾਗੀ ਖਬਰ ਆਈ ਸੀ ਉਦੋਂ ਤੋਂ ਸਾਰਾ ਮੀਡੀਆ ਇੱਥੇ ਖੜ੍ਹਾ ਔਰ ਤਿੱਖਾ ਪ੍ਰਦਰਸ਼ਨ ਕਰਨ ਦੇ ਲਈ ਵੀ ਤਿਆਰ ਸੀ। ਪਰ ਅਸੀਂ ਇੱਥੇ ਧੰਨਵਾਦ ਵੀ ਕਰਾਂਗੇ ਸਮੇਂ ਦੀ ਸਰਕਾਰ ਦਾ ਕਿ ਇੱਥੇ MLA ਅਜੀਤਪਾਲ ਸਿੰਘ ਕੋਹਲੀ, ਬਲਤੇਜ ਪੰਨੂ ਜੀ, ਸਲਾਹਕਾਰ ਮੁੱਖ ਮੰਤਰੀ, ਅਤੇ ਉੱਥੇ ਹੀ ਚੇਤਨ ਸਿੰਘ ਜੋੜੇ ਮਾਜਰਾ ਕੈਬਨਿਟ ਮੰਤਰੀ, ਡਾਕਟਰ ਬਲਵੀਰ ਸਿੰਘ ਕੈਬਨਿਟ ਮੰਤਰੀ, ਉਹ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ। 2-2.5 ਘੰਟੇ ਉਹਨਾਂ ਨਾਲ ਗੱਲਬਾਤ ਹੋਈ, ਉਹ ਇੱਥੇ ਬੈਠੇ ਰਹੇ ਅਤੇ ਅਸੀਂ ਜਿਹੜੀ ਵੀ ਮੰਗ ਕੀਤੀ ਸੀ ਉਸ ਮੰਗ ਦੇ ਨੇੜੇ ਤੇੜੇ ਜਿਹੜਾ ਹੈ ਇਹਨਾਂ ਨੇ ਸਰਕਾਰੀ ਸਿਸਟਮ ਦੇ ਵਿੱਚ, ਅੱਜ SDM ਸਾਹਿਬ ਇੱਥੇ ਪਹੁੰਚੇ ਹੈ ਅਤੇ ਉਹਨਾਂ ਨੇ ਦੱਸਿਆ ਕਿ ਅਸੀਂ ਪਰਿਵਾਰ ਨੂੰ ਜੋ ਮਦਦ ਕਰ ਸਕਦੇ ਹੈ ਕੁੱਲ 18 ਲੱਖ ਰੁਪਏ ਦੀ ਮਦਦ ਕਰਾਂਗੇ ਅਤੇ ਉਹਨਾਂ ਦੀ ਅਵਿਨਾਸ਼ ਜੀ ਦੀ ਧਰਮ ਪਤਨੀ ਨੂੰ ਜਿਹੜਾ ਹੈ ਇੱਕ ਸਰਕਾਰੀ ਨੌਕਰੀ ਜਿਹੜੀ ਪੱਕੇ ਤੌਰ ਦੇ ਉੱਤੇ ਉਹ ਦਿੱਤਾ ਜਿਹੜਾ ਦੇਣ ਦਾ ਐਲਾਨ ਕੀਤਾ। ਸੋ ਪਰਿਵਾਰ ਗਰੀਬ ਪਰਿਵਾਰ ਹੈ, ਬੱਚੇ ਛੋਟੇ ਹੈ, ਜਿਹੜੀ
ਵਿਧਵਾ ਇਕੱਲੀ ਰਹਿ ਗਈ ਹੈ। ਸੋ ਇਹ ਸਹਾਰਾ ਬਹੁਤ ਵੱਡਾ ਸਹਾਰਾ ਹੋਏਗਾ। ਖੈਰ ਸਾਡੀ ਉਮੀਦ ਸਰਕਾਰ ਤੋਂ ਬਹੁਤ ਜ਼ਿਆਦਾ ਸੀ, ਪਰ ਸਰਕਾਰ ਦੀਆਂ ਵੀ ਆਪਣੀਆਂ ਮਜਬੂਰੀਆਂ ਉਹਨਾਂ ਨੇ ਦੱਸੀਆਂ। ਮੈਂ ਇੱਥੇ ਹੀ ਧੰਨਵਾਦ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ, ਇਸ ਚੈਨਲ ਦੇ ਮਾਧਿਅਮ ਰਾਹੀਂ, ਕਿ ਮੈਂ ਤਮਾਮ ਪੰਜਾਬ ਦੇ, ਹਰਿਆਣੇ ਦੇ ਅਤੇ ਮੇਰੇ ਦਿੱਲੀ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਸਾਨੂੰ ਪਲ ਪਲ ਅਪਡੇਟ ਕਰਦੇ ਰਹੇ ਅਤੇ ਪਲ ਪਲ ਸਾਡੇ ਨਾਲ ਜੁੜੇ ਰਹੇ ਅਤੇ ਵਾਰ ਵਾਰ ਇਹ ਕਹਿੰਦੇ ਰਹੇ ਕਿ ਤੁਸੀਂ ਇੱਕ ਵਾਰ ਆਵਾਜ਼ ਮਾਰਿਓ, ਅਸੀਂ ਇੱਥੇ ਆ ਕੇ ਖੜਾਂਗੇ। ਐਡਾ ਵੱਡਾ ਪੱਤਰਕਾਰ ਭਾਈਚਾਰੇ ਦਾ ਏਕਾ ਜਿਹੜਾ ਹੈ ਅਸੀਂ ਪਹਿਲੀ ਵਾਰੀ ਦੇਖਿਆ, ਔਰ ਮੈਂ ਉਮੀਦ ਕਰਦਾ, ਗੁਜ਼ਾਰਿਸ਼ ਕਰਦਾ ਕਿ ਏਕਾ ਇਸੇ ਤਰ੍ਹਾਂ ਬਣਾ ਕੇ ਰੱਖੋ, ਕਿਉਂਕਿ ਤੁਸੀਂ ਲੋਕਤੰਤਰ ਦੇ ਚੌਥੇ ਪਿੱਲਰ ਹੋ, ਤੁਸੀਂ ਧੱਕਾ ਨਹੀਂ ਬਰਦਾਸ਼ਤ ਕਰ ਸਕਦੇ ਲੋਕਾਂ ਦਾ ਅਤੇ ਤੁਹਾਡੇ ਨਾਲ ਧੱਕਾ ਨਾ ਹੋਵੇ, ਇਸ ਲਈ ਤੁਹਾਨੂੰ ਏਕਾ ਰੱਖਣਾ ਬਹੁਤ ਜ਼ਰੂਰੀ ਹੈ। ਸੰਘਰਸ਼ ਕਰਨ ਦੀ ਜ਼ਰੂਰਤ ਲੱਗੀ ਤੁਹਾਨੂੰ ਜੀ? ਲੱਗਦਾ ਕਿ ਅਜਿਹੇ ਕਾਨੂੰਨ ਬਾਰੇ ਪਾਸ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਹੋਰ ਵੀ ਪੱਤਰਕਾਰ ਦੇ ਕਈ ਨੂੰ ਅਜੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਸੰਘਰਸ਼ ਨਹੀਂ ਕਰ ਸਕਦੇ? ਮੈਂ ਦੇਖੋ ਇੱਥੇ ਸਪਸ਼ਟ ਕਰਨਾ ਚਾਹੁੰਦਾ ਜੀ, ਜਿਹੜਾ ਲੋਕ ਸੰਪਰਕ ਵਿਭਾਗ ਹੈ, ਇੱਕ ਯੈਲੋ ਕਾਰਡ ਇਸ਼ੂ ਕਰਦਾ, ਉਹਦੇ ਤਹਿਤ ਇੱਕ ਗਰੁੱਪ ਇੰਸ਼ੋਰੈਂਸ ਹੁੰਦੀ ਹੈ, ਉਸ ਦੀ ਮਿਆਦ 5 ਲੱਖ ਰੁਪਏ ਹੈ। ਮਤਲਬ ਜੇਕਰ ਕੋਈ ਇਨਸਾਨ ਮਰ ਜਾਂਦਾ ਤਾਂ ਉਸ ਨੂੰ 5 ਲੱਖ ਰੁਪਏ, ਅੱਜ ਜਾਨ ਦਾ ਮੁੱਲ ਕਦੇ ਵੀ ਨਹੀਂ ਪਾਇਆ ਜਾ ਸਕਦਾ, ਪਰ 5 ਲੱਖ ਰੁਪਏ ਇੰਨੀ ਅਮਾਊਂਟ ਨਹੀਂ ਹੈ ਕਿ ਕਿਸੇ ਦਾ ਪਰਿਵਾਰ ਚੱਲ ਜੇ। ਇਸ ਬਾਬਤ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ, ਜੋੜੇ ਮਾਜਰਾ ਸਾਹਿਬ ਨਾਲ, ਉਹਨਾਂ ਨੇ ਕਿਹਾ ਤੁਰੰਤ ਪ੍ਰਭਾਵ 'ਤੇ ਅੱਜ ਹੀ ਮੈਂ ਗੱਲ ਕਰੂੰਗਾ, ਇਸ ਨੂੰ 20 ਲੱਖ ਰੁਪਏ ਦੇ ਵਿੱਚ ਤਬਦੀਲ ਕਰਾਂਗੇ। ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਪੱਤਰਕਾਰ ਭਰਾਵਾਂ ਦਾ ਇਸ 'ਚ ਫਾਇਦਾ ਹੋਊਗਾ, ਕਿਉਂਕਿ 20 ਲੱਖ ਰੁਪਇਆ ਵੀ ਘਰ ਦੇ ਗਏ ਜੀ ਦਾ ਮੁੱਲ ਪੂਰਾ ਨਹੀਂ ਕਰ ਸਕਦਾ, ਉਹਦੀ ਕਮੀ ਨਹੀਂ ਪੂਰੀ ਕਰ ਸਕਦਾ, ਪਰ ਉਸਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਚ ਜਾਂਦਾ। ਇਸ ਲਈ ਵੀ ਮੈਂ ਜੇਕਰ ਇਹ ਫੈਸਲਾ ਅਮਲ ਦੇ ਵਿੱਚ ਲਿਆਂਦਾ ਜਾਂਦਾ ਤਾਂ ਅਸੀਂ ਪੰਜਾਬ ਸਰਕਾਰ ਦੇ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧੰਨਵਾਦੀ ਹੋਵਾਂਗੇ। ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਫਿਰ ਗੁਜ਼ਾਰਿਸ਼ ਕਰਦਾ ਕਿ ਇਸ 'ਤੇ ਅਮਲ ਕਰਕੇ ਜ਼ਰੂਰ ਜਿਹੜਾ ਹੈ ਇਸ ਨੂੰ ਓਕੇ ਕਰਿਓ, ਕਿਉਂਕਿ ਇਹ ਬਹੁਤ ਲਾਜ਼ਮੀ ਹੈ। ਪੱਤਰਕਾਰ ਹਰ ਉਸ ਥਾਂ 'ਤੇ ਜਾਂਦਾ ਜਿੱਥੇ ਜਾਨ ਜੋਖਮ 'ਚ ਪਾਣੀ ਹੁੰਦੀ ਹੈ, ਚਾਹੇ ਉਹ ਕੋਈ ਸੰਘਰਸ਼ ਹੋਵੇ, ਕੋਈ ਧਰਨਾ ਹੋਵੇ, ਕੋਈ ਆਫਤਾ ਹੋਵੇ, ਕੁਦਰਤੀ ਆਫਤਾ ਹੋਵੇ, ਮੌਸਮ ਦੀ ਖਰਾਬੀ ਹੋਵੇ, ਪੱਤਰਕਾਰ ਨੇ ਕਵਰੇਜ ਕਰਨ ਜਾਣਾ ਹੀ ਹੁੰਦਾ। ਸੋ ਉੱਥੇ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ। ਉੱਥੇ ਤਮਾਮ ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ, ਚਾਹੇ ਉਹ ਕਿਸਾਨ ਜਥੇਬੰਦੀਆਂ ਸਨ, ਚਾਹੇ ਉਹ ਧਾਰਮਿਕ ਜਥੇਬੰਦੀਆਂ ਸਨ, ਚਾਹੇ ਉਹ ਸਮਾਜਿਕ ਜਥੇਬੰਦੀਆਂ ਸਨ, ਚਾਹੇ ਸਾਡੇ ਜਿਹੜੇ ਵੀ ਸਾਡੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ, ਔਰ ਜਿਨ੍ਹਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਸੀਂ ਆਵਾਜ਼ ਮਾਰੋਗੇ ਅਸੀਂ ਆਵਾਂਗੇ, ਮੈਂ ਉਹਨਾਂ ਸਾਰਿਆਂ ਦਾ ਇੱਕ ਇੱਕ ਪੈਰ ਆਪਣੇ ਸਿਰ ਮੱਥੇ 'ਤੇ ਲੈਣਾ, ਔਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਇੱਕ ਦੂਜੇ ਦਾ ਸਾਥ ਦਿਓ, ਤਾਂ ਜੋ ਸਮਾਜ ਦੇ ਵਿੱਚ ਕਿਸੇ ਨਾਲ ਵਧੀਕੀ ਹੁੰਦੀ ਹੈ, ਕਿਸੇ ਨਾਲ ਮੁਸੀਬਤ ਆਉਂਦੀ ਹੈ, ਤਾਂ ਉਹ ਇਸ ਮੁਸੀਬਤ ਤੋਂ ਬਚ ਸਕੇ ਜੀ। ਪਟਿਆਲਾ ਦੇ ਜਿਹੜੇ ਪੱਤਰਕਾਰ ਨੇ, ਕੀ ਸੁਨੇਹਾ ਦੇਣਾ ਚਾਹੋਗੇ ਤਾਂ ਜੋ ਕਦੇ ਵੀ ਅਜਿਹਾ ਕਿਸੇ ਨਾਲ ਵੀ ਵਾਪਰ ਸਕਦਾ ਹੈ, ਅਤੇ ਪਟਿਆਲਾ ਦੇ ਪੱਤਰਕਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਇੱਕ ਮੰਚ 'ਤੇ ਇਕੱਠੇ ਹੋਣਾ? ਮੈਂ ਤਾਂ ਪੱਤਰਕਾਰ ਭਾਈਚਾਰੇ ਨੂੰ ਇਹੀ ਬੇਨਤੀ ਕਰਦਾ ਜੀ ਕਿ ਕਦੇ ਵੀ ਮੁਸੀਬਤ ਆਏ ਤਾਂ ਇੱਕ ਦੂਜੇ ਦਾ ਸਾਥ ਦਿਓ। ਛੋਟੀ ਜਿਹੀ ਗੱਲ ਹੈ ਕਿ ਜੇ ਪੰਛੀ ਮਰ ਜਾਂਦਾ ਕੋਈ, ਤਾਂ ਨਾਲ ਦੇ ਪੰਛੀ ਕੈਂ ਕੈਂ ਕਰਕੇ ਆਪਣੇ ਪੰਛੀਆਂ ਨੂੰ, ਸਾਥੀਆਂ ਨੂੰ ਇਕੱਠਾ ਕਰ ਲੈਂਦੇ ਹਾਂ, ਚਾਹੇ ਉਹ ਮਰਿਆ ਹੁੰਦਾ, ਚਾਹੇ ਉਹ ਜ਼ਖਮੀ ਹੁੰਦਾ। ਇੱਥੇ ਸਾਨੂੰ ਉਹ ਪੰਛੀਆਂ ਤੋਂ ਸਬਕ ਲੈਣਾ ਚਾਹੀਦਾ, ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਸਾਥੀਆਂ, ਆਪਣੇ ਦੋਸਤਾਂ ਮਿੱਤਰਾਂ ਲਈ ਇਕੱਠੇ ਹੋਈਏ, ਜਿਹੜੀ ਦਿੱਕਤ ਜਦੋਂ ਆਏ ਉਸ ਦਿੱਕਤ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥੀ ਦੇਈਏ। ਮੈਂ ਇੱਥੇ ਵਕੀਲ ਭਾਈਚਾਰੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰੂੰਗਾ, ਸਾਡੇ ਲੀਗਲ ਐਡਵਾਈਜ਼ਰ ਹੈ, ਉਹ ਵੀ ਇੱਥੇ ਮੌਕੇ 'ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਹੋਰ ਵਕੀਲ ਭਾਈਚਾਰਾ ਵੀ ਸਾਡੀ ਸਮਰਥਨ ਦੇ ਵਿੱਚ ਸਾਡੇ ਨਾਲ ਖੜਿਆ ਰਿਹਾ, ਜੁਟਿਆ ਰਿਹਾ। ਬੀਬਾ ਜੈਇੰਦਰ ਕੌਰ ਜਿਹੜੇ, ਉਹ ਵੀ ਅੱਜ ਸਵੇਰੇ ਤੋਂ ਸਾਡੇ ਨਾਲ ਜੁਟੇ ਰਹੇ। ਅਸੀਂ ਹਰ, ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ, ਮੈਂ ਕਿਸੇ ਧਾਰਮਿਕ ਸੰਗਠਨ ਦੀ ਗੱਲ ਨਹੀਂ, ਮੈਂ ਹਰ ਇੱਕ ਉਸ ਪੈਰ ਦਾ ਧੰਨਵਾਦ ਕਰਦਾ ਜਿਹੜਾ ਪੈਰ ਵੱਧ ਕੇ ਇਸ ਸਾਡੇ ਭਰਾ ਸ਼ਹੀਦ ਅਵਿਨਾਸ਼ ਕੰਬੋਜ ਦੇ ਇਨਸਾਫ ਲਈ, ਉਸਦੇ ਸੰਘਰਸ਼ ਲਈ ਸਾਡੇ ਤੱਕ ਪਹੁੰਚਿਆ ਸੀ।